sarvasarvani maya moho paramta tulle sudda sampreet laga yukto panth sunyo gur sangat teh vinant jan tras mitai ਦਾਸ ਭਾਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਕਚਹੋ ਕੰਚਨ ਭਇਓ ਸ਼ਬਦ ਗੁਰ ਸ੍ਰਵਣ ਹੈ ਸੁਣਿਓ ਦਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋ ਹੋਇਓ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਲਕ ਕਰੈ ਗਿਆਨ ਗੁਰ ਕਹਿਓ ਵਿਚਾਰ ਕਠੋ ਸ੍ਰੀਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇ ਸੁਰਨਰ ਭਇਆ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਗੁਰੇ ਸੁਰ ਨਰ ਭਇਆ ਸੋ ਕਉ ਕਲ ਗੁਰ ਸੇਵੀਐ ਅਹਿਨ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਣ ਹੋਵੈ ਤ੍ਰਿਪਤਕ ਸੰਬੰਧੀ ਨੂਰ ਅਸਹੁ ਪੁਰਸੋਂ ਝਟੀਐ ਉਦਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀ ਉਦਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀ ਜੈ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਦੂਜੈ ਤਾਂ ਕੀ ਨਿਰਮਲ ਰੀਤ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਦੂਜੈ ਤਾਂ ਕੀ ਨਿਰਮਲ ਰੀਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ
ਆਪਣੇ ਪੰਜਵੇਂ ਸਰੂਪ ਪੰਜਵੇਂ ਜਾਮੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਬਾਣੀ ਕੇ ਗੋਬਿੰਦ ਦੇ ਪਾਵਨ ਪਵਿੱਤਰ ਬੁਖਾਰ ਦੇ ਵਿੱਚੋਂ ਜੈਸੇ ਯਾਰ ਵਿੱਚ ਮਿਹਰ ਕੀਤੀ ਹੈ ਸਤ ਸੌ ਅੰਗ ਹੈ ਅਤੇ ਰਾਗੀ ਸਿੰਘਾਂ ਨੂੰ ਇਸ ਰਾਗ ਦੇ ਤੀਜੇ ਸੁਰਤਾਲ ਵਿੱਚ ਘਰ ਵਿੱਚ ਗਾਉਣ ਲਈ ਹੁੰਦੀ ਹੈ। ਗੁਰੂ ਗ੍ਰੀਬ ਮਹਾਰਾਜ ਨੇ ਗੁਰਬਾਣੀ ਦਾ ਸਭ ਤੋਂ ਸੰਖਿਪਤ ਮੁਗਲਾ ਚਰਨ ਉਚਾਰਿਆ ਹੈ ਇੱਕ ਓਮਕਾਰ ਸਤਿਗੁਰ ਪ੍ਰਸਾਦ। ਇਹ ਸਭ ਤੋਂ ਸੰਖਿਪਤ ਮੰਗਲਾਚਾਰ ਹੈ ਅਤੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦਾ ਸਾਰ ਹੈ। ਜੇ ਆਪਾਂ ਬਾਣੀ ਕਹਿੰਦੇ ਵੀ ਬਾਣੀ ਦਾ ਸਾਰ ਕੀ ਹੈ, ਜਿਵੇਂ ਕੋਈ ਬਿਲਡਿੰਗ ਬਣਾਉਂਦੇ ਹਾਂ, ਕੋਈ ਆਪਾਂ ਪ੍ਰੋਜੈਕਟ ਸ਼ੁਰੂ ਕਰਦੇ ਹਾਂ ਤਾਂ ਕਹਿੰਦੇ ਵੀ ਮਿਸ਼ਨ ਸਟੇਟਮੈਂਟ ਕੀ ਹੈ, ਇਹ ਸਾਡੀ ਮਿਸ਼ਨ ਸਟੇਟਮੈਂਟ ਹੈ। ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਸਾਰੀ ਬਾਣੀ ਹੀ ਇਸ ਬਾਣੀ ਦਾ ਪਰਮਾਰਥ ਹੈ, ਸਾਰ ਹੈ। ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਇੱਕ ਅਕਾਲ ਪੁਰਖ ਵਾਹਿਗੁਰੂ ਜਿਸਨੇ ਸਭ ਸਭ ਸੰਸਾਰ ਨੂੰ ਧਾਰਨ ਕੀਤਾ ਹੈ, ਰਚ ਕੇ ਸਾਰੇ ਸੰਸਾਰ ਦੇ ਹਿਰਦੇ ਅੰਦਰ ਸਾਰੇ ਸੰਸਾਰ ਵਿੱਚ ਹੀ ਵਸਿਆ ਹੋਇਆ ਹੈ, ਜੋ ਸਮਾਂ ਕਾਲ ਵਸਤੂ ਤੋਂ ਪਰੇ ਹੈ, ਸਮੇਂ ਦਾ ਅਸਰ ਨਹੀਂ, ਜਿਸਦੇ ਉੱਤੇ ਕਾਲ ਦਾ ਅਸਰ ਨਹੀਂ, ਮੌਤ ਦਾ ਅਸਰ ਨਹੀਂ, ਪਦਾਰਥਾਂ ਦਾ ਅਸਰ ਨਹੀਂ ਹੈ, ਐਸਾ ਵਾਹਿਗੁਰੂ ਉਹ ਸੱਚੇ ਗੁਰੂ ਦੀ ਖੁਸ਼ੀ ਦੁਆਰਾ, ਪ੍ਰਸੰਨਤਾ ਦੁਆਰਾ ਹਿਰਦੇ ਅੰਦਰ ਪ੍ਰਕਾਸ਼ਮਾਨ ਹੋ ਜਾਂਦਾ। ਸੋ ਰਹਾਓ ਦੇ ਬਚਨਾਂ ਵਿੱਚ ਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮਿਹਰ ਕਰ ਰਹੇ ਹਨ, ਕੋਈ ਜਨ ਮੈਂ ਕਵਨ ਕੀ ਹਾਂ ਜਗ ਦੀ ਉਮੀਦ, ਜਿਸ ਹੋਏ ਕਿਰਪਾਲ ਸੋਈ ਦਿਤ ਬੁੱਝੈ ਤਾਂ ਕੀ ਨਿਰਮਲ ਹੋਈ। ਇਸ ਜਗ ਦੇ ਵਿੱਚ ਅਰਬਾਂ ਖਰਬਾਂ ਦੀ ਗਿਣਤੀ ਹੈ ਸਾਰੇ ਸੰਸਾਰ ਦੀ, ਪਰ ਕੋਟਨ ਮੈਂ ਨਾਨਕ ਕਹੂ ਕਿਨ ਜਪਿਓ ਗੁਰਮੰਤ। ਕਰੋੜਾਂ ਵਿੱਚੋਂ ਕੋਈ ਬਿਰਲਾ ਬਿਰਲਾ ਹੁੰਦਾ ਹੈ ਜਿਹੜਾ ਗੁਰੂ ਦਾ ਬਖਸ਼ਿਆ ਗੁਰਮੰਤਰ ਜਪ ਕੇ ਉਹਦੀ ਸਿੱਧੀ ਪ੍ਰਾਪਤ ਕਰ ਲਵੇ, ਦਰਸ਼ਨ ਕਰ ਲਵੇ ਗੁਰੂ ਦੇ। ਸੋ ਸਤਿਗੁਰੂ ਜੀ ਦਇਆ ਕਰਦੇ ਹਨ ਕਿ ਸੰਸਾਰ ਦੇ ਵਿੱਚ ਕੋਈ ਡਾਵਾਂ ਡਾਵਾਂ ਹੀ ਹੈ, ਕੋਈ ਜਨ ਹੈ, ਕੋਈ ਜਾਣਦਾ ਹੈ ਕਵਨ ਕਿ ਇਸ ਜਗ ਦੇ ਵਿੱਚ ਅਸਲੀ ਮਿੱਤਰ ਕੌਣ ਹੈ। ਕੋਈ ਜਨ ਹੈ ਕਵਨ ਹੀ ਹਾਂ ਜਗਮੀਤ, ਇਸ ਜਗ ਦੇ ਵਿੱਚ ਮਿੱਤਰ ਕਿਹੜਾ ਹੈ। ਸਾਰੇ ਮਿੱਤਰ ਬਣਾਈ ਫਿਰਦੇ ਹਾਂ ਅਸੀਂ, ਪਰ ਅਸਲੀ ਮਿੱਤਰ ਜਿਹੜਾ ਪ੍ਰਲੋਕ ਤੱਕ ਪ੍ਰਲੋਕ ਦੇ ਵਿੱਚ ਸਹਾਇਤਾ ਕਰਦਾ ਹੈ, ਉਹਦੇ ਬਾਰੇ ਕਿਸੇ ਟਾਵੇ ਟਾਵੇ ਬਿਰਲੇ ਨੂੰ ਨਹੀਂ ਪਤਾ। ਜਿਸ ਹੋਏ ਕਿਰਪਾਲ ਸੋਈ ਵਿਦ ਬੁੱਝੈ, ਜਿਹਦੇ ਉੱਤੇ ਕਿਰਪਾ ਕਰਦਾ ਉਸ ਨੂੰ ਇਸ ਵਿਧੀ ਵਿਧੀ ਦਾ ਭਾਵ ਹੈ ਢੰਗ ਜਿਉਣ ਦਾ, ਜੀਵਨ ਦਾ ਭੇਦ ਮਰਮ ਉਸ ਨੂੰ ਉਹ ਬੁੱਝ ਲੈਂਦਾ ਹੈ, ਅਤੇ ਜਿਹਦੇ ਉੱਤੇ ਕਿਰਪਾ ਹੁੰਦੀ ਹੈ ਉਸ ਨੂੰ ਸਮਝ ਆਉਂਦੀ ਹੈ, ਸੂਝ ਬੂਝ ਬਖਸ਼ਦਾ ਹੈ। ਮਹਾਰਾਜ ਨੇ ਬੂਝ ਰੱਬ ਵਰਤਿਆ ਹੈ, ਸੂਝ ਹੁੰਦੀ ਹੈ ਦਿਮਾਗ ਕਰਕੇ, ਬੂਝ ਹੁੰਦੀ ਹੈ ਹਿਰਦੇ ਕਰਕੇ, ਭਾਵਨਾਵਾਂ ਕਰਕੇ, ਭਾਵ ਅਰਥ ਸਮਝ ਲਵੇ ਜਿਹੜਾ ਉਹਨੂੰ ਬੂਝ ਪ੍ਰਾਪਤ ਹੋ ਜਾਂਦੀ ਹੈ, ਗੁਰੂ ਦੀ ਕਿਰਪਾ ਨਾਲ ਬੂਝ ਲੱਭਦੀ ਹੈ। ਤਾਂ ਕਿ ਨਿਰਮਲ ਰੀਤ ਉਹਦਾ ਜਿਉਣ ਦਾ ਢੰਗ ਹੈ ਪਵਿੱਤਰ ਹੋ ਜਾਂਦਾ, ਉਹਦੀ ਜੀਵਨ ਸ਼ੈਲੀ ਹੈ ਜਿਹੜੀ, ਜਿਉਣ ਦਾ ਢੰਗ ਹੈ, ਮਰਿਆਦਾ ਹੈ ਜਿਹੜੀ, ਉਹਦੀ ਪਵਿੱਤਰ ਮਰਿਆਦਾ ਹੋ ਜਾਂਦੀ ਹੈ, ਦੋਸ਼ ਨਹੀਂ ਉਹਦੇ 'ਤੇ ਕੋਈ ਲਾ ਸਕਦਾ ਜਿਹਦੇ ਉੱਤੇ ਗੁਰੂ ਕਿਰਪਾ ਕਰਦੇ। ਸੋ ਇਸੇ ਉਪਦੇਸ਼ ਨੂੰ ਬਾਕੀ ਸ਼ਬਦ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮਿਹਰਾ ਕਰਦੇ ਹਨ। ਮਾਤ ਪਿਤਾ ਬੰਤਾ ਸੁਤਬੰਧਕ ਇਸ਼ਟ ਨੀਤ ਯਾਰ ਭਾਈ। ਸੋ ਆਪਾਂ ਯਾਦ ਰੱਖੀਏ, ਹਜ਼ੂਰ ਨੇ ਬਚਨ ਰਹਾਓ ਦੇ ਬਚਨਾਂ ਵਿੱਚ ਕਿਹਾ, ਕੋਈ ਜਾਣੈ ਕਵ ਨਹੀਂ ਹਾਂ ਜਗਮੀ, ਕੋਈ ਕੋਈ ਜਾਣਦਾ ਹੈ ਇਸ ਜਗ ਵਿੱਚ ਅਸਲੀ ਮਿੱਤਰ ਕੌਣ ਹੈ। ਸੋ ਸਾਡਾ ਆਸਰਾ, ਸਾਡਾ ਭਰੋਸਾ ਹੁੰਦਾ ਵੀ ਮਾਂ ਪਿਓ ਕੋਈ ਦੁੱਖ ਬਿਪਤਾ ਆਪਣੇ ਤਾਂ ਨਹੀਂ ਮੈਨੂੰ ਛੱਡ ਕੇ ਜਾਣਗੇ, ਮਨ ਤਾਂ ਘਰ ਵਾਲੀ ਹੈ, ਘਰ ਵਾਲੀ ਤਾਂ ਨਹੀਂ ਛੱਡ ਕੇ ਜਾ ਸਕਦੀ ਕਿਤੇ, ਸੁੱਤ ਪੁੱਤਰ ਬੰਧਕ ਰਿਸ਼ਤੇਦਾਰ ਇਸ਼ਟ ਜਿਹਨੂੰ ਬਹੁਤਾ ਪਿਆਰ ਕਰੀਏ, ਮੀਤ ਮਿੱਤਰ ਭਾਈ ਭਰਾ, ਸਾਡਾ ਆਸਰਾ ਇਹਨਾਂ 'ਤੇ ਹੁੰਦਾ ਸਾਰਿਆਂ 'ਤੇ ਨਾ ਵੀ ਇਹ ਕਿੱਧਰ ਜਾਣਗੇ ਛੱਡ ਕੇ ਮੈਨੂੰ। ਪਰ ਮਹਾਰਾਜ ਕਹਿੰਦੇ ਹਨ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ, ਇਹ ਭੁਲੇਖੇ 'ਚ ਨਾ ਰਹੀ। ਪੁਰਾਣੇ ਜਨਮ ਦਾ ਆਪਾਂ ਨੂੰ ਆਹੀ ਸੰਸਾਰ ਦਿੰਦਾ, ਨੇੜੇ ਦਿਸੈ ਮਾਤ ਲੋਕ ਤੁਧ ਸੁੱਝੈ ਦੂਰ। ਮਾਤ ਲੋਕ ਇਹ ਧਰਤੀ ਹੈ, ਸਾਨੂੰ ਮਾਤ ਲੋਕ ਵਾਲਿਆਂ ਨੂੰ ਨੇੜੇ ਨੇੜੇ ਹੀ ਦਿੰਦਾ, ਤੁਧ ਸੁੱਝੈ ਦੂਰ, ਪਰ ਗੁਰੂ ਨੂੰ ਦੂਰ ਦੀ ਸੋਝੀ ਦਿੰਦੀ ਹੈ, ਦੂਰ ਦਿੰਦਾ ਜਿੱਥੇ ਤੱਕ ਜਿੱਥੇ ਮੌਤ ਵੀ ਹੰਭ ਜਾਂਦੀ ਹੈ, ਉਦੋਂ ਵੀ ਪਰੇ ਸਤਿਗੁਰੂ ਨੂੰ ਦਿੰਦਾ ਹੈ, ਪ੍ਰਲੋਕ ਵੀ ਦਿਸਦਾ ਹੈ। ਸੋ ਇਸ ਕਰਕੇ ਸਤਿਗੁਰੂ ਜੀ ਦਇਆ ਕਰਦੇ ਹਨ ਕਿ ਇਹ ਪੂਰਵਲੇ ਜਨਮ ਜਿਹੜੇ ਤੇਰੇ ਪਹਿਲਾ ਜਨਮ ਹੈ, ਉਸ ਜਨਮ ਦਾ ਲੈਣ ਔਰ ਦੇਣ ਹੈ, ਕਿਸੇ ਨੇ ਤੇਰੇ ਤੋਂ ਲੈਣਾ ਹੈ, ਕਿਸੇ ਦਾ ਤਾਂ ਦੇਣਾ ਹੈ। ਉਸ ਸੰਯੋਗ ਕਰਕੇ ਇਹ ਸਾਰੇ ਇੱਥੇ ਇਕੱਠੇ ਹੋ ਬੈਠੇ। ਜਿਵੇਂ ਜਦ ਜਹਾਜ਼ ਚੜ੍ਹ ਕੇ ਜਾਂਦੇ ਹਾਂ ਆਪਾਂ, ਚੜ੍ਹਦੇ ਹਾਂ ਸਾਰੇ, ਕਿਸੇ ਨੇ ਕਿਤੇ ਤੁਰਨਾ ਹੁੰਦਾ, ਕਿਸੇ ਨੇ ਕਿਤੇ ਉੱਤਰ ਹੁੰਦਾ, ਸਭ ਪਰ ਸਾਰੇ ਜਹਾਜ਼ ਦੇ ਵਿੱਚ ਜਿਹੜੇ 10 ਘੰਟੇ ਬੈਠਣਾ ਇਕੱਠੇ ਬੈਠੇ ਹੁੰਦੇ ਨੇ। ਜਦੋਂ ਦੂਜਾ ਏਅਰਪੋਰਟ ਆ ਗਿਆ, ਉੱਥੋਂ ਉੱਤਰ ਕੇ ਸਾਰੇ ਖਿੜ ਜਾਂਦੇ।
ਸੋ ਇਸੇ ਤਰੀਕੇ ਨਾਲ ਸਾਰੇ ਪੁਰਾਣੇ ਜਨਮਾਂ ਕਰਕੇ ਇਸ ਸਰੀਰ ਰੂਪੀ ਦੇਹ ਦੇ ਵਿੱਚ ਇਕੱਠੇ ਹੋਏ ਹਾਂ ਲੈਣ ਦੇਣ ਦੇ ਸੰਬੰਧ ਕਰਕੇ ਜਦੋਂ ਅੰਤ ਆ ਗਿਆ ਅੰਤ ਵੇਲੇ ਕਿਸੇ ਨਾ ਕਿਸੇ ਦੀ ਸਹਾਇਤਾ ਨਾ ਕਰਨੀ ਲੈਣ ਦੇਣ ਪੂਰਾ ਹੋ ਗਿਆ ਸਰੀਰ ਛੱਡ ਕੇ ਸਾਰੇ ਆਪਣੇ ਆਪਣੇ ਰਾਹ ਪੈਂਦੇ ਸੋ ਕੋਈ ਕਿਸੇ ਦਾ ਨਹੀਂ ਹੈ ਨਾ ਕਿਸੇ ਨੇ ਕਿਸੇ ਦਾ ਬਣਨਾ ਹੈ ਸਾਰੇ ਹੀ ਸੁੱਖਾਂ ਦੇ ਮਿੱਤਰ ਹਨ ਅੰਤ ਹੈ ਕੋ ਨਾ ਸਲਾਈ ਅੰਤ ਵੇਲੇ ਕੋਈ ਕਿਸੇ ਦੀ ਸਹਾਇਤਾ ਨਹੀਂ ਕਰਦਾ ਫਿਰ ਸਾਡਾ ਦੂਜੀ ਉਦਾਹਰਣ ਗੁਰੂ ਅਰਜਨ ਸਾਹਿਬ ਮਹਾਰਾਜ ਮੇਰਾ ਕਰ ਰਹੇ ਮੁਕਤ ਮਾਲ ਤਖਤ ਲਾਲ ਹੀਰਾ ਮਨ ਰੰਜਨ ਕੀ ਮਾਇਆ ਸੋ ਕਹਿੰਦੇ ਵੀ ਸਾਡੇ ਕੋਲ ਪੈਸਾ ਮੁਕਤ ਇਹ ਹੀਰੇ ਮਾਲ ਹੀਰਾ ਮਾਲ ਹੈ ਜਿਹੜਾ ਧਨ ਮਾਲ ਇਕੱਠਾ ਕੀਤਾ ਕਣਕ ਸੋਨਾ ਲਾਲ ਹੀਰੇ ਜਵਾਹਰਾਤ ਇਹ ਜਿੰਨੇ ਨੇ ਇਹ ਇਕੱਠੇ ਬਹੁਤੇ ਹੋ ਗਏ ਸਾਡੇ ਵੀ ਸਾਡੇ ਕੋਲ ਪੈਸਾ ਬਥੇਰਾ ਹੈ ਜੇ ਨਹੀਂ ਕੋਈ ਸਾਡਾ ਬਣਦਾ ਤਾਂ ਪੈਸੇ ਨਾਲ ਜਿਹੜੀ ਜਿਹੜੀ ਮਰਜ਼ੀ ਖਰੀਦ ਲਈ ਜ਼ਮੀਨ ਜਾਇਦਾਦ ਖਰੀਦ ਲਈਏ ਕੰਪਨੀਆਂ ਖਰੀਦ ਲਈਏ ਕਾਹਦਾ ਘਾਟਾ ਸਾਨੂੰ ਡਾਕਟਰ ਨੇ ਉਹ ਘਰ ਆ ਕੇ ਦੇਖ ਲਿਆ ਕਰਨਗੇ ਸੋ ਇਹ ਜਿਹੜੀ ਦੌਲਤ ਹੈ ਇਹਨਾਂ ਚੀਜ਼ਾਂ 'ਤੇ ਬੰਦਾ ਆਸਰਾ ਰੱਖਦਾ ਮਨੋਰੰਜਨ ਕੀ ਮਾਇਆ ਮੇਰੇ ਕੋਲ ਮਨੋਰੰਜਨ ਮਨ ਨੂੰ ਖੁਸ਼ ਕਰਨ ਦੇਣ ਵਾਲੀ ਮਾਇਆ ਜਿਹੜੀ ਉਹ ਮੇਰੀ ਦਾਸੀ ਹੈ ਉਹ ਮੇਰੇ ਕੰਟਰੋਲ ਦੇ ਵਿੱਚ ਹੈ ਜਿੰਨੇ ਮਰਜ਼ੀ ਨਾਚ ਗਾਣੇ ਦੇਖ ਲਈਏ ਨੱਚਣ ਗਾਉਣ ਵਾਲਿਆਂ ਦੇ ਧਰਮ ਗਾ ਲਈਏ ਪ੍ਰੋਗਰਾਮ ਜਿੰਨੇ ਮਰਜ਼ੀ ਕਰ ਲਈਏ ਪਾਰਟੀਆਂ ਕਰ ਲਈਏ ਮੈਨੂੰ ਕੋ ਕਿਸੇ ਚੀਜ਼ ਦਾ ਕਾਹਦੀ ਕਿਹੜੀ ਚੀਜ਼ ਦਾ ਘਾਟਾ ਹੈ ਅਤੇ ਸਤਿਗੁਰੂ ਜੀ ਦਇਆ ਕਰਦੇ ਹਨ ਹਾਹਾ ਕਰਤ ਜਹਾਨੀ ਅਬਦ ਹੈ ਤਾਂ ਮੈਂ ਸੰਤੋਖ ਨਾ ਪਾਇਆ ਸੋ ਜਿਨ੍ਹਾਂ ਨੇ ਇਸ ਚੀਜ਼ ਦੇ ਉੱਤੇ ਆਸਰਾ ਰੱਖਿਆ ਵੱਡੇ ਵੱਡੇ ਹਨ ਜਿਹੜੇ ਰਾਵਣ ਸੀ ਰਾਵਣ ਦੀ ਸੋਨੇ ਦੀ ਲੰਕਾ ਸੀ ਇੰਨਾ ਸੋਨਾ ਉਹਨੇ ਇਕੱਠਾ ਕੀਤਾ ਸਾਰੀ ਲੰਕਾ ਹੀ ਸੋਨੇ ਦੀ ਬਣੀ ਹੋਈ ਸੀ ਉਹਦੀ ਉਹਦੇ 'ਤੇ ਕਬਜ਼ਾ ਕਰ ਲਿਆ ਧੱਕੇ ਨਾਲ ਫੁਬੇਰ ਜਿਹੜਾ ਧੰਨ ਦਾ ਰਾਜਾ ਉਹ ਵੀ ਉਹਨੇ ਕਾਬੂ ਕਰ ਲਿਆ ਡਰਾ ਕੇ ਆਪਣੇ ਇੰਨਾ ਪੈਸਾ ਉਹਦੇ ਕੋਲ ਪਰ ਮਹਾਰਾਜ ਕਹਿੰਦੇ ਹਨ ਗੁਰਬਾਣੀ 'ਚ ਅੰਤ ਦੱਸਦੇ ਹਨ ਉਹਦੇ ਲੰਕਾਗੜ੍ਹ ਸੋਨੇ ਦਾ ਭਰਿਆ ਮੂਰਖ ਰਾਵਣ ਕਿਹਾ ਦੇਖਿਆ ਜਿਹੜੀ ਮਦੋਦਰੀ ਰਾਵਣ ਦੇ ਘਰ ਵਾਲੀ ਸੀ ਇਹ ਦੁਨੀਆਂ ਦੇ ਵੱਡੇ ਵੱਡੇ ਧਨੀ ਹਨ ਜਿਹਨਾਂ ਨੇ ਇੰਨਾ ਰਾਜ ਕਮਾਇਆ ਵੇਦਾਂ ਦਾ ਗਿਆਤਾ ਇੰਨਾ ਸੋਨਾ ਇਕੱਠਾ ਕੀਤਾ ਉਹਦੀਆਂ ਧਾਹਾਂ ਨੇ ਰਮਾਇਣ ਦੇ ਵਿੱਚ ਸੁਣੋ ਮਦੋਦਰੀ ਦੀਆਂ ਧਾਹਾਂ ਸੁਣੋ ਰੋ ਰੋ ਕੇ ਉਹ ਕਹਿੰਦੀ ਹੈ ਵੀ ਤੂੰ ਸੀਤਾ ਨੂੰ ਚੱਕ ਕੇ ਕਿਉਂ ਲਿਆਇਆ ਤੂੰ ਮੌਤ ਘਰ ਲਿਆਇਆ ਸੀਤਾ ਨੇ ਰਾਮ ਚੰਦਰ ਦੇ ਨਾਲ ਮਿਲ ਜਾਣਾ ਮੈਂ ਤੈਨੂੰ ਕਦੇ ਨਹੀਂ ਮਿਲਣਾ ਤਾਹਾਂ ਮਾਰ ਮਾਰ ਦੁਖਤ ਨਹੀਂ ਆਉਂਦੀ ਹੈ ਇੰਨੇ ਧਨਵਾ ਇੰਨਾ ਇੰਨਾ ਕਹਿੰਦੀ ਤੈਨੂੰ ਕਹਿੰਦੀ ਇੰਦਰ ਨਾ ਹਰਾ ਸਕਿਆ ਤੇਰੇ ਪੁੱਤਰ ਨੂੰ ਇੰਦਰ ਦੇਵਤੇ ਨਾ ਹਰਾ ਸਕੇ ਤੂੰ ਕਿਉਂ ਮੌਤ ਨੂੰ ਘਰ ਲੈ ਕੇ ਆਇਆ ਇੰਨਾ ਸੋਨਾ ਇਕੱਠਾ ਕੀਤਾ ਕਿਸ ਕੰਮ ਆਇਆ ਇਹ ਧਨ ਜਿਹਨੇ ਸਭ ਤੋਂ ਵੱਧ ਸੋਨਾ ਇਕੱਠਾ ਕੀਤਾ ਉਹਦਾ ਅੰਤ ਸੀ ਸੋ ਹਾਹਾ ਕਰਤ ਬਿਹਾਨੀ ਆਉਂਦਾ ਹਾਏ ਹਾਏ ਕਰਦਿਆਂ ਦਾ ਰੋਂਦਿਆਂ ਦਾ ਉਹਨਾਂ ਦਾ ਜੀਵਨ ਗਿਆ ਸਾਰੀ ਉਮਰ ਬੀਤ ਗਈ ਅੰਤ ਵੇਲੇ ਰੋਏ ਮਹਾਰਾਜ ਕਹਿੰਦੇ ਤਾਂ ਮੈਂ ਸੰਤੋਖ ਨਾ ਪਾਇਆ ਇਹਨਾਂ ਚੀਜ਼ਾਂ ਦੇ ਵਿੱਚੋਂ ਸੰਤੋਖ ਨਹੀਂ ਮਿਲਿਆ ਸਤਿਗੁਰੂ ਨੇ ਤੱਤ ਕੱਟ ਕੇ ਦਰਸਾਇਆ ਹੈ ਬਿਨਾਂ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਵਿਰਥੇ ਸਭ ਕਾਜੈ ਬਿਨਾਂ ਸੰਤੋਖ ਤੋਂ ਵਿਕਾਰਾਂ ਵਿੱਚ ਨਹੀਂ ਰੱਖ ਸਕਦਾ ਬੰਦਾ ਭੋਗਾਂ ਵਿੱਚ ਨਹੀਂ ਰੱਖ ਸਕਦਾ ਧਨ ਦੌਲਤ ਨਾਲ ਨਹੀਂ ਰੱਖ ਸਕਦਾ ਜਿੰਨਾ ਚਿਰ ਇਹਦੇ ਮਨ ਵਿੱਚ ਸੰਤੋਖ ਨਹੀਂ ਹੈ ਉਹਨਾਂ ਚਿਰ ਇਹਨੂੰ ਰੱਜ ਨਹੀਂ ਆ ਸਕਦਾ ਉਹਨਾਂ ਚਿਰ ਕੜਦਾ ਨਹੀਂ ਰਹੇ ਅੱਗੇ ਸਤਿਗੁਰੂ ਜੀ ਗੱਲ ਕਰ ਦਇਆ ਕਰਦੇ ਹਨ ਹਸਤ ਰੱਥ ਅਸ਼ੁਭ ਪਵਨ ਤੇਜ ਧਨ ਹਸਤ ਰੱਥ ਅਸ਼ੁਭ ਪਵਨ ਤੇਜ ਧਣੀ ਭੂਮਨ ਚਤੁਰੰਗਾ ਸੰਗ ਨਾ ਚੱਲੋ ਮੈਂ ਕਛੂਆ ਊਠ ਸਿਧਾਰਿਓ ਨੰਗਾ ਹੁਣ ਇਹ ਬਾਦਸ਼ਾਹਾਂ ਦੀ ਗੱਲ ਕੀਤੀ ਹੈ ਸਰਕਾਰਾਂ ਦੀ ਗੱਲ ਕੀਤੀ ਹੈ ਹਸਤ ਹਾਥੀ ਰੱਥ ਰਾਥਨ ਜਿਹੜੇ ਅਸਲ ਘੋੜੇ ਹੁੰਦੇ ਨੇ ਘੋੜੇ ਪਵਨ ਤੇਜ ਪਵਨ ਦੀ ਤਰ੍ਹਾਂ ਤੇਜ ਚੱਲਣ ਵਾਲੇ ਘੋੜੇ ਨੇ ਜਿਹੜੇ ਉਹ ਧਨੀ ਦਾ ਮਤਲਬ ਮਾਲਕ ਭੂਮਨ ਚਤੁਰੰਗਾ ਧਰਤੀ ਦਾ ਮਾਲਕ ਜ਼ਮੀਨ ਦਾ ਮਾਲਕ ਸਾਰੀ ਧਰਤੀ ਦਾ ਮਾਲਕ ਚਤੁਰੰਗਾ ਚਾਰ ਕਿਸਮ ਦੀ ਫੌਜ ਹੋ ਗਏ ਚਾਰ ਕਿਸਮ ਦੀ ਫੌਜ ਹਵਾਈ ਫੌਜ ਹੋ ਗਈ ਜਲ ਵਾਲੀ ਹੋ ਗਈ ਜਿਹੜੀ ਹਾਥੀਆਂ ਵਾਲੀ ਘੋੜਿਆਂ ਵਾਲੀ ਇਹ ਫੌਜ ਚਾਰ ਕਿਸਮ ਦੀ ਚਾਰਾਂ ਦਾ ਮਾਲਕ ਹੋਵੇ ਜਿਹਦੀ ਗਿਣਤੀ ਕੋਈ ਨਾ ਹੋਵੇ ਇੰਨਾ ਇੰਨਾ ਧਨ ਹੋਵੇ ਕੋਲ ਸੰਗ ਨਾ ਚੱਲਿਓ ਮੈਂ ਕਛੂਆ ਊਠ ਸਿਧਾਰਿਓ ਨੰਗਾ ਇਹਨਾਂ ਵਿੱਚੋਂ ਕੋਈ ਵੀ ਚੀਜ਼ ਸਾਥ ਨਹੀਂ ਜਾਂਦੀ ਬੰਦੇ ਕੋਈ ਵੀ ਚੀਜ਼ ਸਾਥ ਨਹੀਂ ਜਾਂਦੀ ਹੈ ਊਠ ਸਿਧਾਰਿਓ ਨੰਗਾ ਸਾਰਾ ਕੁਛ ਛੱਡ ਕੇ ਉਹ ਨੰਗੇ ਪਿੰਡੇ ਖਾਲੀ ਹੱਥ ਅਤੇ ਖਾਲੀ ਨੰਗੇ ਪੈਰ ਹੀ ਉਸਨੂੰ ਧਰਤੀ ਦੇ ਉੱਤੋਂ ਜਾਣਾ ਪੈਂਦਾ ਸਿਕੰਦਰ ਦਾ ਵੀ ਇਹੀ ਹਾਲ ਹੋਇਆ ਮਰਯਾਦਾ ਕਹਿੰਦੇ ਕਹਿੰਦਾ ਮੈਨੂੰ ਨੰਗੇ ਜੇ ਹੱਥ ਬਾਹਰ ਕੱਢ ਕੇ ਜਿਹੜਾ ਹੈ ਫੱਫੜ ਦੇ ਵਿੱਚੋਂ ਪੈਰ ਨੰਗੇ ਜਾਣ ਕਹਿੰਦੇ ਜੀ ਇਹ ਤਾਂ ਮਰਯਾਦਾ ਹੈ ਨਹੀਂ ਕਹਿੰਦਾ ਮਰਯਾਦਾ ਤੁਹਾਡੀ ਹੋਵੇ ਚਾਹੇ ਨਾ ਹੋਵੇ
ਮੈਂ ਦੁਨੀਆਂ ਨੂੰ ਦੱਸਣ ਚਾਹੁੰਦਾ ਮੇਰੇ ਮਨ ਦੇ ਵਿੱਚ ਸੁਪਨਾ ਸੀ ਕਿ ਮੈਂ ਸੰਸਾਰ ਜੇਤੂ ਹਾਂ ਪਰ ਖਾਲੀ ਹੱਥਾਂ ਨਾਲ ਸੰਸਾਰ ਦੇ ਵਿੱਚੋਂ ਜਾ ਰਿਹਾ ਮੇਰੇ ਵਰਗਾ ਕੋਈ ਹੋਰ ਕੌਲਾ ਨਾ ਹੋ ਜਾਵੇ ਦੁਨੀਆਂ ਦੇ ਵਿੱਚ ਉਈ ਦੁਨੀਆਂ ਦੇ ਵਿੱਚ ਤਬਾਹੀ ਲਹੂ ਉਹ ਵੀ ਜਾਵੇ ਆਹ ਹਾਲ ਹੁੰਦਾ ਹੈ ਅਖੀਰ ਦੇ ਵਿੱਚ ਰੰਗ ਜੇ ਉਹਦਾ ਹਾਲ ਪੜ੍ਹ ਕੇ ਦੇਖੋ ਜਫਰਨਾਮੇ ਦੇ ਵਿੱਚ ਜਫਰਨਾਮੇ ਮਹਾਰਾਜ ਨੇ ਦੋ ਦਰਸਾਇਆ ਜੋ ਦਰਸਾਇਆ ਉਹਨੂੰ ਦੇਖ ਕੇ ਰੰਗ ਜੇ ਕੰਬਿਆ ਜਿਹੜੀਆਂ ਉਹਨੇ ਚਿੱਠੀਆਂ ਆਪਣੇ ਪੁੱਤ ਕਾਮ ਬਖਸ਼ ਨੂੰ ਤੇ ਹੋਰਾਂ ਨੂੰ ਲਿਖੀਆਂ ਹਨ ਉਹਨਾਂ ਦੇ ਵਿੱਚੋਂ ਰੋਂਦਾ ਧਾਹਾਂ ਮਾਰ ਕੇ ਕਿ ਰੱਬ ਕਿਸੇ ਨੂੰ ਅੱਲਾ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ ਮੈਂ ਇੰਨੀਆਂ ਪੰਡਾਂ ਪਾਪਦੀਆਂ ਲੈ ਕੇ ਭਰ ਕੇ ਜਾ ਰਿਹਾ ਮੇਰਾ ਆਉਣ ਵਾਲਾ ਸਮਾਂ ਜਿਹੜਾ ਉਹ ਦਰਗਾਹ ਦੇ ਵਿੱਚ ਕੀ ਬਣੇਗਾ ਮੇਰਾ ਇਹਦਾ ਮੈਨੂੰ ਕੋਈ ਪਤਾ ਨਹੀਂ ਅਫਸੋਸ ਕਰਦਾ ਜਾ ਰਿਹਾ ਸੋ ਇਹ ਬਾਦਸ਼ਾਹਾਂ ਦੀ ਗੱਲ ਕੀਤੀ ਹੈ ਹੁਣ ਅੱਗੋਂ ਸਤਿਗੁਰੂ ਦੇ ਚਰਨਾਂ ਵਿੱਚ ਸੰਗਤ ਹੈ ਉਹ ਅਰਦਾਸ ਕਰਦੀ ਗਰੀਬ ਨਵਾਜ ਜੀ ਫਿਰ ਸਾਡਾ ਰਾਜ ਕੀ ਹੋਵੇਗਾ ਇਸ ਗੱਲ ਦਾ ਬਚਾ ਕਿਵੇਂ ਹੋਵੇਗਾ ਪ੍ਰਭੂ ਰੂਪ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਬੇਰਾ ਕਰ ਰਹੇ ਹਨ ਹਰ ਕੇ ਸੰਤ ਪ੍ਰਭੀ ਤੁਮ ਪ੍ਰਭ ਕੇ ਤਾ ਕੈ ਹਰ ਹਰ ਗਾਈਏ ਸੰਤ ਦੇ ਹਿਰਦੇ ਅੰਦਰ ਸੱਚ ਵਸਿਆ ਹੁੰਦਾ ਸੰਤ ਉਹ ਹੈ ਜਿਹਦੇ ਹਿਰਦੇ ਅੰਦਰ ਸੱਚ ਵਸਿਆ ਹੋਇਆ ਹੈ ਸੋ ਜਿਸਨੇ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕੀਤਾ ਜਿਹੜਾ ਇੱਕ ਨਿਮਕ ਖਾਤਰ ਵੀ ਵਾਹਿਗੁਰੂ ਨੂੰ ਭੁੱਲਦਾ ਨਹੀਂ ਇਹੋ ਜਿਹੇ ਨੂੰ ਵਾਹਿਗੁਰੂ ਪਿਆਰ ਕਰਦਾ ਉਹਨੂੰ ਗੁਰਬਾਣੀ ਨੇ ਸੰਤ ਦੀ ਪਦਵੀ ਦਿੱਤੀ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾ ਕੈ ਹਰ ਹਰ ਗਾਈਐ ਉਹਨਾਂ ਦੀ ਸੰਗਤ ਵਿੱਚ ਵਾਹਿਗੁਰੂ ਵਾਹਿਗੁਰੂ ਨੂੰ ਗਾ ਦੋ ਵਾਰ ਹਰ ਲੱਗ ਜਾ ਰਿਹਾ ਹਰ ਸਰੀਰ ਕਰਕੇ ਗਾਉਣਾ ਹੈ ਹਰ ਮਨ ਕਰਕੇ ਗਾਉਣਾ ਹੈ ਜਦੋਂ ਸਰੀਰ ਔਰ ਮਨ ਕਰਕੇ ਮਨ ਚਿਤ ਕਰਕੇ ਇੱਕ ਕਰਕੇ ਗਾਇਆ ਤਾਂ ਇਹ ਗਾਇਆ ਹੋਇਆ ਆਤਮਾ ਦੇ ਵਿੱਚ ਲੀਨ ਹੋ ਜਾਵੇਗਾ ਆਤਮਾ ਦੇ ਗੁਣ ਸਰੀਰ ਅੰਦਰ ਪ੍ਰਗਟ ਹੋ ਜਾਣਗੇ ਨਾਨਕ ਈਹਾ ਸੁਖ ਫਿਰ ਸਤਿਗੁਰੂ ਜੀ ਦਇਆ ਕਰਦੇ ਨੇ ਈਹਾ ਸੁਖ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮੇਰਾ ਕਰ ਰਹੇ ਨੇ ਇਸ ਧਰਤੀ ਦੇ ਉੱਤੇ ਜਿਉਂਦਿਆਂ ਨੂੰ ਇਹ ਸੁੱਖ ਪ੍ਰਾਪਤ ਹੋਵੇਗਾ ਜਿਉਂਦਿਆਂ ਦੇ ਅੰਦਰ ਗੁਣ ਪ੍ਰਗਟ ਹੋਣਗੇ ਗੁਣਾਂ ਦੇ ਅੰਦਰ ਵਾਹਿਗੁਰੂ ਦਾ ਵਾਸਾ ਹੈ ਗੁਣ ਮੈਂ ਗੁਣੀ ਸਮਾਵਣਿਆ ਗੁਣ ਪ੍ਰਗਟ ਤਾਂ ਹੋਣਗੇ ਜੇ ਸਾਧ ਸੰਗਤ ਵਿੱਚ ਆਵਾਂਗੇ ਜਿਹੜੇ ਰੱਤੇ ਹੋਏ ਨੇ ਉਹਨਾਂ ਦੀ ਸੰਗਤ ਕਰਾਂਗੇ ਫਿਰ ਗੁਣ ਪ੍ਰਗਟ ਹੁੰਦੇ ਗੁਣਾਂ ਦੇ ਉੱਤੋਂ ਪੜਦਾ ਰਹਿੰਦਾ ਹੈ ਗੁਣ ਸਰੀਰ ਦੇ ਅੰਦਰ ਜਿਉਂਦਿਆਂ ਦੇ ਹੀ ਪ੍ਰਗਟ ਹੋ ਜਾਂਦੇ ਨੇ ਅਤੇ ਫਿਰ ਇਸ ਧਰਤੀ ਦੇ ਉੱਤੇ ਜਿਉਂਦਿਆਂ ਨੂੰ ਹੀ ਵਾਹਿਗੁਰੂ ਪ੍ਰਾਪਤ ਹੁੰਦਾ ਨਾਨਕ ਇਹਾਂ ਸੁੱਖ ਇੱਥੇ ਸੁੱਖ ਇੱਥੇ ਕੱਖਾ ਕੱਖੇ ਨੂੰ ਔਂਕੜ ਲੱਗਿਆ ਭਾਵ ਨਾਮ ਦਾ ਸੁੱਖ ਸੱਚਾ ਸੁੱਖ ਹੈ ਜਿਹੜਾ ਉਹ ਇਸ ਧਰਤੀ 'ਤੇ ਪ੍ਰਾਪਤ ਹੁੰਦਾ ਹੈ ਆਗੈ ਮੁੱਖ ਪੂਜਲ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮੂੰਹ ਕਾਲਾ ਨਹੀਂ ਹੁੰਦਾ ਰੇ ਰੇ ਦੰਗ ਹੈ ਭੈਣ ਹੋ ਰੇ ਰੇ ਕਰਕੇ ਦਰਗਾਹ ਦੇ ਵਿੱਚ ਧੱਗੇ ਨਹੀਂ ਪੈਂਦੇ ਇੱਥੇ ਦਰਗਾਹ ਦੇ ਵਿੱਚ ਇੱਥੇ ਜਿਹੜਾ ਉੱਜਲ ਮੁੱਖ ਨਾਲ ਗੁਰੂ ਕੀ ਸ਼ਰਨ ਦੇ ਵਿੱਚ ਆ ਜਾਂਦਾ ਜਿਹਨੂੰ ਕੋਈ ਸ਼ਰਨ ਨਹੀਂ ਹੈ ਗੁਰੂ ਦੇ ਦਰਬਾਰ ਵਿੱਚ ਆਉਣ ਲੱਗਿਆ ਉੱਜਲ ਮੁੱਖ ਨਾਲ ਆਉਂਦਾ ਨਿਤਨੇਮ ਕਰਕੇ ਸੇਵਾ ਕਰਦਾ ਹੈ ਇੱਥੇ ਸੰਗਣੀ ਹੈ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹਦਾ ਮੁੱਖ ਉਜਲਾ ਹੁੰਦਾ ਸੰਗ ਸੰਤਨ ਕਹਿ ਪਾਈ ਹੈ ਇਹੋ ਜਿਹੀ ਦਾਤ ਹੈ ਜਿਹੜੀ ਉਹ ਸਾਧੂ ਦੀ ਸੰਗਤ ਵਿੱਚ ਪ੍ਰਾਪਤ ਹੁੰਦੀ ਸੋ ਇਸੇ ਕਰਕੇ ਸਤਿਗੁਰੂ ਬਾਣੀ ਦੇ ਵਿੱਚ ਮਿਹਰਾ ਕਰਨੇ ਗੁਰੂ ਅਮਰਦਾਸ ਮਹਾਰਾਜ ਸੱਚ ਰਤੇ ਸੇ ਟੋਲ ਲਓ ਤੇ ਵਰਲੇ ਸੰਸਾਰ ਜਿਹੜਾ ਸੱਚ ਦੇ ਵਿੱਚ ਰੰਗਿਆ ਹੋਇਆ ਉਹਦੀ ਧੂਣ ਭਾਲ ਕਰ ਉਹ ਟਾਵੇਂ ਟਾਵੇਂ ਧਰਤੀ ਤੇ ਹੁੰਦੇ ਹਨ ਇਹੀ ਤੇਰੀ ਖੋਜ ਹੈ ਇਹ ਖੋਜੇਗਾ ਫਿਰ ਤੈਨੂੰ ਸੁੱਖ ਧਰਤੀ ਉੱਤੇ ਪ੍ਰਾਪਤ ਹੋ ਜਾਏਗਾ ਸੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਿਹਰਾਂ ਕੀਤੀਆਂ ਹਨ ਸਤਿਗੁਰੂ ਮਿਹਰਾਂ ਕਰਨ ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਵੇ ਇਸ ਉਪਦੇਸ਼ ਨੂੰ ਅੰਤਰ ਧਿਆਨ ਹੋਣ ਦੇ ਲਈ ਕਮਾਉਣ ਦੇ ਲਈ ਸਤਿਗੁਰੂ ਬਹੁਤ ਬਖਸ਼ਣ ਦਾਨ ਆਇਆਂ ਦੀਆਂ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰ ਭੁੱਲਾਂ ਗਲਤੀਆਂ ਦੀ ਸ਼ਮਾ ਬਖਸ਼ ਦੇਣੀ ਜੀ ਆਓ ਫਤਿਹ ਬੁਲਾ ਕੇ ਗੁਰੂ ਚਰਨਾਂ ਦਾ ਸਭੇ ਕੋਟ ਆਸਰਾ ਮੰਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ